सत श्री अकाल जी, मैं हाँ लवप्रीत ते तुसी देख रहे हो किसान खेती विचार। जिस तरह आई हरियाली ऐप ते बहुत सारे लोगों ने पौधे मंगवाए सन, उसी तरह वन विभाग दियां होर भी बहुत सारियां स्कीमां चल रही हैं अते उस दे बारे जानकारी देने दे लई साडे नाल जुड़े हैं गुरजंग सिंह जी, जो कि वन ब्लॉक अफसर विस्तार बठिंडा तो हैं। सत श्री अकाल गुरजंग सिंह जी। सर, इस समय पौद्यां ते कीड़ियां कीड़ियां स्कीमां चल रही हैं? वन विभाग दे वल्लों सब तो पहली स्कीम है जिहड़ी किसानां वास्ते भारत सरकार ते पंजाब सरकार नाल मिल के जिहड़ी शुरुआत कीती है, सब मिशन ऑन एग्रो फॉरेस्ट्री। उस दे तहत किसान आपदे खेतां दे विच पौधे ला के इहदा फायदा उठा सकदे हैगे, जिहड़े कि पिछले 3 सालां तों बहुत सारे पंजाब दे फार्मर है इहदे नाल रजिस्टर्ड हो के ते इन्हां ने फायदा उठाया ते होर भी इस साल भी उठा रहे हैगे। दूसरा साडी चल रही है मेडिसिन ते मेडिसिन प्लांट्स ते, ओह भी किसान ला के आपदी खेती विभिन्नता दे विच हिस्सा पा सकदे हैगे ते उहदे नाल भी काफी किसान है जिहड़े इसका फायदा लै के लाभ उठा रहे हैगे। तीसरा साडा है 400 साला गुरु तेग बहादुर जी की शताब्दी चल रही है, उस तहत असीं मुफ्त पौधे हर पिंड नूं दे रहे हैं 400 पौधे। अगे गुरु नानक देव जी की शताब्दी ते 550 साला 51वीं चल पी है, 550 ते 550 पौधे पार पिंड नूं दित्ते सी, इस साल फिर 51वीं ते भी असीं मुफ्त पौधे स्कीम के तहत नर्सरियां चो सरकार दे वलों जिहड़े पैदा कीते उह दे रहे हैं। ठीक है जी। ਤੇ ਸਰ, ਜਿਹੜੇ ਮੈਡੀਸਨਲ ਪਲਾਂਟ ਹੈ ਉਹਦੇ ਵਿੱਚ ਕਿਹੜੇ ਕਿਹੜੇ ਪੌਦੇ ਦਿੱਤੇ ਜਾ ਰਹੇ ਹੈ ਜੀ? ਅਸੀਂ ਉਹਨਾਂ ਤੇ ਉਹਨਾਂ ਨੂੰ ਗਾਈਡ ਕਰਕੇ ਲਵਾਉਣੇ ਹੈਗੇ, ਉਹਨਾਂ ਦੇ ਜੋ ਖਰਚਾ ਹੁੰਦਾ ਹੈ ਉਸ ਤੇ ਸਰਕਾਰ ਵੱਲੋਂ ਨਿਰਧਾਰਿਤ ਕੀਤਾ ਗਿਆ ਹੈ ਵੀ ਕਿਸੇ ਤੇ 50% ਹੈ, ਕਿਸੇ ਤੇ 30% ਹੈ, ਕਿਸੇ ਤੇ 75% ਹੈ। ਜਿਵੇਂ ਮੰਨ ਲਓ ਚੰਦਨ ਹੈ ਤਾਂ ਇਹਦੇ ਤੇ 75% ਸਬਸਿਡੀ ਹੈ ਜੋ ਖਰਚਾ ਆਉਂਦਾ ਹੈਗਾ। ਠੀਕ ਹੈ ਜੀ। ਜਿਵੇਂ ਐਲੋਵੀਰਾ ਹੈ, ਐਲੋਵੀਰਾ ਤੇ 30% ਸਬਸਿਡੀ ਹੈ। ਤੁਲਸੀ ਹੈ, ਨਿੰਬੂ ਘਾਹ ਹੈ, ਅਸ਼ਵਗੰਧਾ ਹੈ, ਸਰਪਗੰਧਾ ਹੈ, ਇਹਨਾਂ ਦੀਆਂ ਖੇਤੀ ਤੇ ਵੱਖ ਵੱਖ ਸ਼ਰ੍ਹਾਂ ਦੇ ਨਾਲ ਅਸੀਂ ਸਬਸਿਡੀ ਦੇ ਤੇ ਇਹਨਾਂ ਨੂੰ ਦਿੰਦੇ ਹਾਂ। ਜੋ ਖਰਚਾ ਆਉਂਦਾ ਹੈ ਕਿਸਾਨ ਨੇ ਲਾਉਣਾ ਆਪ ਹੈ, ਸਾਰਾ ਕੁਛ ਆਪ ਕਰਨਾ, ਅਸੀਂ ਉਹਨਾਂ ਨੂੰ ਗਾਈਡ ਕਰਨਾ ਹੈ। ਠੀਕ ਹੈ ਜੀ। ਤੇ ਸਰ, ਜਿਹੜਾ ਵਣ ਵਿਕਾਸ ਦਾ ਦਫ਼ਤਰ ਹੈ ਕਿੱਥੇ ਹੈ ਜੀ ਇਹ? ਵਨ ਵਿਭਾਗ ਦੇ ਹਰ ਡਿਵੀਜ਼ਨ ਬੱਧਾ ਡਿਵੀਜ਼ਨ ਲੈਵਲ 'ਤੇ ਸਾਡਾ ਜਿਹੜਾ ਹੈ ਇਹ ਦਫ਼ਤਰ ਹੈਗਾ। ਜਿਵੇਂ ਬਠਿੰਡਾ ਡਿਵੀਜ਼ਨ ਦੇ ਵਿੱਚ ਸਾਡੇ 2 ਡਿਵੀਜ਼ਨਲ ਔਫਿਸਰ ਬੈਠਦੇ ਹੈਗੇ, 2 ਡਿਵੀਜ਼ਨਲ ਔਫਿਸ ਹੈਗੇ, ਟੈਰੀਟੋਰੀਅਲ ਅਤੇ ਇੱਕ ਐਕਸਟੈਂਸ਼ਨ ਵਿੰਗ। ਜਿਹੜਾ ਟੈਰੀਟੋਰੀਅਲ ਆ ਪੂਰਾ ਡਿਸਟ੍ਰਿਕਟ ਦਾ, ਜੋ ਸਾਡੇ ਪ੍ਰੋਟੈਕਸ਼ਨ ਦਾ ਜਾਂ ਪਲਾਂਟਸ ਦਾ, ਨਰਸਰੀਆਂ ਦਾ, ਜੋ ਸਾਂਭ ਸੰਭਾਲ ਅਤੇ ਉਹਨਾਂ ਦੀ ਪ੍ਰੋਟੈਕਸ਼ਨ ਦਾ ਉਹ ਕੰਮ ਕਰਦੇ ਹੈਗੇ, ਅਤੇ ਜਿਹੜਾ ਸਾਡਾ ਐਕਸਟੈਂਸ਼ਨ ਵਿੰਗ ਹੈ ਇਹਦੇ ਇਸ ਡਿਵੀਜ਼ਨ ਦੇ ਵਿੱਚ 9 ਡਿਸਟ੍ਰਿਕਟ ਆ ਜਾਂਦੇ ਹੈਗੇ। ਸੰਗਰੂਰ ਤੋਂ ਲੈ ਕੇ ਅਤੇ ਫਾਜ਼ਿਲਕਾ ਤੱਕ 9 ਡਿਸਟ੍ਰਿਕਟ ਸਾਡੇ ਹੈਗੇ ਆ। ਇਹਦੇ 'ਚ ਅਸੀਂ ਪ੍ਰਚਾਰ ਦਾ ਕੰਮ, ਅਵੇਅਰਨੈਸ ਦਾ ਕੰਮ ਜਾਂ ਹਰਬਲ ਗਾਰਡਨ ਦਾ ਕੰਮ ਜਾਂ ਮੈਡੀਸਨ ਪਲਾਂਟਸ ਦਾ, ਸਬ ਮਿਸ਼ਨ ਆਉਣਾ ਐਗਰੋ ਫੋਰੈਸਟ ਤਹਿਤ ਕਿਸਾਨਾਂ ਨੂੰ ਰਜਿਸਟਰਡ ਕਰਨ ਦਾ ਕੰਮ ਉਹ ਇਸ ਵਿੰਗ ਵੱਲੋਂ ਕੀਤਾ ਜਾਂਦਾ ਹੈਗਾ। ਇਸ ਤੋਂ ਇਲਾਵਾ ਸਾਡਾ ਇੱਕ DM ਦਫ਼ਤਰ ਕਾਰਪੋਰੇਸ਼ਨ ਜਿਹੜਾ ਕਿ ਲੱਕੜ ਦਾ ਕਟਾਈ ਦਾ ਕੰਮ ਕਰਦਾ ਹੈ, ਸੇਲ ਦਾ ਕੰਮ ਕਰਦਾ ਹੈ, ਉਹ ਵੀ ਸਾਡੇ ਬਠਿੰਡਾ ਦੇ ਵਿੱਚ ਸਥਿਤ ਹੈ। ਤੇ ਜਿਹੜੀ ਆਈ ਹਰਿਆਲੀ ਐਪ ਤੇ ਹੁਣ ਪੌਦੇ ਮਿਲ ਰਹੇ ਹੈ ਜੀ? ਹਾਂਜੀ ਹਾਂ, ਉੱਥੇ ਰਜਿਸਟਰਡ ਹੋ ਰਹੇ ਹੈਗੇ ਤੇ ਮਿਲ ਵੀ ਰਹੇ ਹੈਗੇ। ਅੱਛਾ ਜੀ। ਤੇ ਸਰ, ਚੰਦਨ ਪਲਾਂਟ ਹੈ ਜੀ ਪੰਜਾਬ ਦੇ ਵਿੱਚ? ਚੰਦਨ ਆਪਣੇ ਜਿਹੜੇ ਕੰਢੀ ਏਰੀਆ ਹੈਗਾ, ਉੱਧਰ ਪਹਾੜੀ ਏਰੀਆ, ਨੀਮ ਪਹਾੜੀ ਏਰੀਆ, ਉੱਥੇ ਪਲਾਂਟਸ ਹੈਗੇ ਆ। ਆਪਣੇ ਜਿਹੜੇ ਮਾਲਵਾ ਬੈਲਟ ਹੈ ਇਸ ਦੇ ਵਿੱਚ ਤਜਰਬੇ ਤੌਰ ਤੇ ਐਤਕੀ ਅਸੀਂ ਲਵਾਏ ਹੈਗੇ, ਜਿਵੇਂ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਲੱਗੇ ਹੈਗੇ, ਕੁਛ ਬਠਿੰਡਾ ਦੇ ਵਿੱਚ ਵੀ ਲਾਉਣ ਦੀ ਕੋਸ਼ਿਸ਼ ਕੀਤੀ ਹੈਗੀ, ਪਰ ਉਹਨਾਂ ਦਾ ਸਕਸੈਸ ਰੇਟ ਘੱਟ ਹੈਗਾ। ਇਸ ਕਰਕੇ ਉਹ ਉਹਨਾਂ ਦਾ ਇਨਵਾਇਰਨਾਮੈਂਟ ਇਫੈਕਟ ਦੇ ਨਾਲ ਕਰਕੇ ਇਸ ਬੈਲਟ, ਮਾਲਵਾ ਬੈਲਟ ਦੇ ਵਿੱਚ ਘੱਟ ਉਹਦਾ ਮੁਨਾਫਾ ਹੋ ਰਿਹਾ, ਜਦੋਂ ਕਿ ਜਿਹੜਾ ਪਹਾੜੀ ਏਰੀਆ, ਨੀਮ ਪਹਾੜੀ ਏਰੀਆ ਹੈ, ਉਸ ਏਰੀਆ ਦੇ ਵਿੱਚ ਸਾਡੇ ਬਹੁਤ ਵਧੀਆ ਸਕਸੈਸ ਹੈਗੇ ਔਰ ਵਧੀਆ ਲੋਕ ਜਿਹੜੇ ਕਿਸਾਨ ਹੈ ਉਹਦਾ ਫਾਇਦਾ ਉਠਾ ਰਹੇ ਹੈ। ਠੀਕ ਹੈ ਸਰ, ਥੈਂਕ ਯੂ ਸੋ ਮਚ। ਇਹ ਸਨ ਗੁਰਜੰਗ ਸਿੰਘ ਜੀ। ਜੇਕਰ ਤੁਹਾਡਾ ਕੋਈ ਸਵਾਲ ਹੈ ਖੇਤੀ ਦੇ ਰਿਗਾਰਡਿੰਗ ਜਾਂ ਵਣ ਵਿਭਾਗ ਦੇ ਰਿਗਾਰਡਿੰਗ, ਤਾਂ ਤੁਸੀਂ ਆਪਣੀ ਖੇਤੀ ਐਪ 'ਤੇ ਆਪਣਾ ਸਵਾਲ ਪੁੱਛ ਸਕਦੇ ਹੋ ਅਤੇ ਅਸੀਂ ਫਿਰ ਅਗਲੇ ਹਫ਼ਤੇ ਮਿਲਾਂਗੇ ਨਵੇਂ ਸਵਾਲ ਦੇ ਨਾਲ, ਨਵੇਂ ਮੁੱਦੇ ਦੇ ਨਾਲ ਅਤੇ ਨਵੇਂ ਐਕਸਪਰਟ ਦੇ ਨਾਲ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।